ਰੱਖ ਦਿੱਤੀਆਂ ਗਈਆਂ ਨੇ ਕਿ ਹੁਣ ਸ਼ੈਲਰ ਜਿਹੜੇ ਨਹੀਂ ਖੁੱਲੇ ਜਾਣਗੇ ਜੀ ਹਾਂ ਪੂਰਾ ਮਾਮਲਾ ਤੁਹਾਨੂੰ ਦੱਸਦਨੇ ਆ ਕਿਸਾਨਾਂ ਦੇ ਵਿੱਚ ਵੀ ਰੋਸ ਜਿਹੜਾ ਸਾਹਮਣੇ ਆ ਰਿਹਾ ਔਰ ਆੜਤੀਆਂ ਦੇ ਵਿੱਚ ਵੀ ਕਿਉਂਕਿ ਕਿਸਾਨ ਨੇ ਫਸਲ ਜਿਹੜੀ ਹੈ ਉਹ ਮੰਡੀਆਂ ਦੇ ਵਿੱਚ ਖੜਨੀ ਹੈ ਆੜਤੀਆਂ ਦੇ ਕੋਲ ਖੜਨੀ ਹੈ ਔਰ ਜਿਹੜੀਆਂ ਆੜਤੀਆਂ ਦੇ ਕੋਲ ਉਹ ਜਿਹੜੀ ਫਸਲ ਹੈ ਜਿਹੜੀ ਪੂਰੀ ਦੀ ਪੂਰੀ ਬਾਰਦਾਨਾ ਜਿਹੜੀ ਹੈ ਉਹ ਅੱਗੇ ਸ਼ੈਲਰਾਂ ਦੇ ਵਿੱਚ ਸਟੋਰ ਹੋਣੀ ਹੈ ਪਰ ਸ਼ੈਲਰ ਮਾਲਕਾਂ ਨੇ ਅੱਗਿਓਂ ਜਿੰਦਰੇ ਲਾ ਦਿੱਤੇ ਨੇ ਤੇ ਚਾਬੀਆਂ ਜਮਾ ਕਰ ਦਿੱਤੀਆਂ ਗਈਆਂ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਵੱਡੀ ਖਬਰ ਅਸੀਂ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਕਿਸਾਨ ਵੀਰਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਇੱਕ ਤਾਂ ਗੜੇ ਮਾਰੀ ਤੇ ਮੀਂਹ ਜਿਹੜਾ ਆ ਉਹ ਪ੍ਰਕੋਪ ਇੱਥੇ ਲੈ ਕੇ ਆਇਆ ਸੋ ਉਹ ਵੀ ਦੇਖਣ ਨੂੰ ਮਿਲ ਰਿਹਾ ਜਿਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਫਸਲ ਰੋਲ ਰਹੀ ਹੈ ਫਸਲ ਦੇ ਉੱਪਰ ਕੀ ਜਿਹੜੀ ਗੜੇ ਮਾਰੀ ਵੀ ਹੋ ਗਈ ਹੈ ਤੇ ਭਾਰੀ ਬਰਸਾਤ ਵੀ ਹੋਈ ਹੈ ਜਿਸ ਦੇ ਨਾਲ ਜਿਹੜੀ ਖੜੀ ਫਸਲ ਹੈ ਉਹ ਤਾਂ ਡੇਗ ਹੀ ਚੁੱਕੀ ਹੈ ਤਾਂ ਉਸ ਨੂੰ ਅਜੇ ਸਮਾਂ ਲੱਗੇਗਾ ਉਹ ਵਡਣ ਦੇ ਵਿੱਚ ਤਾਂ ਜਿਹੜੀ ਮੰਡੀਆਂ ਦੇ ਵਿੱਚ ਗਈ ਹੋਈ ਸੀਗੀ ਫਸਲ ਤਾਂ ਉਹ ਵੀ ਬਾਰਿਸ਼ ਦੇ ਕਾਰਨ ਪੂਰੀ ਹੁਣ ਇੱਕ ਵਾਰੀ ਕਹਿ ਸਕਦਾ ਕਿ ਭਿੱਜ ਚੁੱਕੀ ਐ ਤਾਂ ਉਸ ਦੇ ਉੱਪਰ ਵੀ ਹੁਣ ਦੁੱਗਣੀ ਮਿਹਨਤ ਜਿਹੜੀ ਐ ਉਹ ਲਗਾਈ ਜਾਏਗੀ ਕਰਿੰਦਿਆਂ ਦੇ ਵੱਲੋਂ ਪਰ ਇਹ ਰੌਲਾ ਕੀ ਐ ਸੈਲਰ ਮਾਲਕਾਂ ਦਾ ਅਸਲ ਦੇ ਵਿੱਚ ਕਿਉਂ ਹੜਤਾਲ ਕਰ ਦਿੱਤੀ ਗਈ ਐ ਐਫਸੀਆਈ ਕੇਂਦਰ ਸਰਕਾਰ ਤੋਂ ਮੰਗ ਐ ਸੈਲਰ ਮਾਲਕਾਂ ਦੀ ਕਿ ਫਰਟੀਲਾਈਜ਼ਰ ਰਾਈਸ ਜਿਹੜੀ ਐ ਐਫ ਆਰ ਕੇ ਉਸ ਨੂੰ ਜਿਹੜਾ ਸਾਡੇ ਹੱਕ ਦੇ ਵਿੱਚ ਕੀਤਾ ਜਾਵੇ ਉਸ ਦੇ ਵਿੱਚ ਸਾਨੂੰ ਸ਼ੂਟ ਦਿੱਤੀ ਜਾਵੇ ਤਾਂ ਉਹਦੇ ਵਿੱਚ ਹਾਲਾਂਕਿ ਅਜੇ ਹੀ ਕੋਈ ਵੀ ਸ਼ੂਟ ਨਹੀਂ ਦਿੱਤੀ ਗਈ ਸੋ ਇਸੇ ਕਰਕੇ ਸ਼ੈਲਰ ਮਾਲਕਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਤਾਂ ਸ਼ੈਲਰ ਮਾਲਕ ਜੇਕਰ ਝੂਨਾ ਨਹੀਂ ਚੱਕਣਗੇ ਤਾਂ ਸਟੋਰ ਕਿੱਥੇ ਹੋਵੇਗਾ ਤਾਂ ਇਹ ਸਭ ਤੋਂ ਵੱਡਾ ਸਵਾਲ ਹੈ ਸੋ ਇਸੇ ਕਰਕੇ ਆੜਤੀਏ ਵੀ ਜਿਹੜੇ ਨਿਰਾਸ਼ ਚੱਲ ਰਹੇ ਨੇ ਕਿਉਂਕਿ ਆੜਤੀਆਂ ਦੇ ਕੋਲੋਂ ਸਾਰੀ ਜਿਹੜੀ ਹੈ ਖਰੀਦ ਹੈ ਵੜਤਿਆਂ ਦੇ ਕੋਲੋਂ ਸ਼ੈਲਰ ਮਾਲਕਾਂ ਤੱਕ ਪਹੁੰਚਦੀ ਹੈ ਉੱਥੇ ਫਿਰ ਪੂਰੀ ਸਟੋਰ ਕੀਤੀ ਜਾਂਦੀ ਹੈ ਪੂਰਾ ਅਨਾਜ ਜਿਹੜਾ ਬੋਰੀਆਂ ਦੇ ਵਿੱਚ ਭਰਿਆ ਹੁੰਦਾ ਹੈ ਤਾਂ ਅੱਗੇ ਦੀ ਅੱਗੇ ਫਿਰ ਐਫਸੀਆਈ ਸ਼ੈਲਰ ਮਾਲਕਾਂ ਦੇ ਕੋਲੋਂ ਗਾਂ ਦੀ ਗਾ ਸਟੋਰ ਕਰਦੀ ਹੈ ਸੋ ਇਸੇ ਤਰੀਕੇ ਦੇ ਨਾਲ ਇਹ ਪੂਰਾ ਪ੍ਰੋਸੈਸ ਚੱਲ ਰਿਹਾ ਪਰ ਇੱਥੇ ਤਾਂ ਹੁਣ ਸ਼ੈਲਰ ਮਾਲਕ ਜਿਹੜੇ ਉਹ ਰੁੱਸ ਚੁੱਕੇ ਨੇ ਹੜਤਾਲ ਕਰ ਦਿੱਤੀ ਗਈ ਹੈ ਕਿਉਂਕਿ ਜਾਇਜ਼ ਹਰੇਕ ਕੋਈ ਹੜਤਾਲ ਦੇ ਪਰਵੇਂ ਨਹੀਂ ਜਾਂਦਾ ਸਟ੍ਰਾਈਕ ਐਵੇਂ ਨਹੀਂ ਕਰਦਾ ਹਰੇਕ ਦੀ ਆਪਣੀ ਆਪਣੀ ਮੰਗ ਹੁੰਦੀ ਹੈ ਹਰੇਕ ਦੇ ਆਪੋ ਆਪਣੇ ਹੱਕ ਹੁੰਦੇ ਆ ਸੋ ਕਿਸੇ ਨੂੰ ਲਾ ਦਾ ਹੈ ਕਿ ਮੈਨੂੰ ਇੱਥੇ ਘਾਟਾ ਪੈ ਰਿਹਾ ਤਾਂ ਹਰੇਕ ਕੋਈ ਆਪਣੀ ਆਵਾਜ਼ ਚੱਕ ਸਕਦਾ ਸੋ ਇਸੇ ਤਰੀਕੇ ਦੇ ਨਾਲ ਸ਼ੈਲਰ ਮਾਲਕਾਂ ਦੇ ਵੱਲੋਂ ਵੀ ਜਿਹੜੀ ਐਫ ਆਰ ਕੇ ਹੈ ਉਹਦੇ ਵਿੱਚ ਛੂਟ ਨਹੀਂ ਮਿਲੀ ਇਹਨਾਂ ਨੂੰ ਸੋ ਇਸੇ ਕਰਕੇ ਇਹਨਾਂ ਨੇ ਐਫਸੀਆਈ ਤੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਸਾਨੂੰ ਐਫ ਆਰ ਕੇ ਦੇ ਵਿੱਚ ਛੂਟ ਦੇ ਦਿੱਤੀ ਜਾਵੇ ਪਰ ਨਹੀਂ ਮਿਲੀ ਸੋ ਇਸੇ ਕਰਕੇ ਇਹਨਾਂ ਨੇ ਆਪਣੇ ਸ਼ੈਲਰ ਜਿਹੜੇ ਉਹ ਬੰਦ ਕਰ ਦਿੱਤੇ ਗਏ ਆ ਪਰ ਭੁਗਤਣਾ ਆੜਤੀਆਂ ਨੂੰ ਤੇ ਆੜਤੀਆਂ ਤੋਂ ਅੱਗੇ ਕਿਸਾਨਾਂ ਨੂੰ ਕਿਸਾਨਾਂ ਨੂੰ ਪੈ ਰਿਹਾ ਜਿਨ੍ਹਾਂ ਦੀ ਫਸਲ ਜਿਹੜੀ ਆ ਮੰਡੀਆਂ ਦੇ ਵਿੱਚ ਰੁੱਲ ਰਹੀ ਹੈ ਤੇ ਉੱਪਰੋਂ ਹੁਣ ਗੜੇਮਾਰੀ ਵੀ ਹੋ ਚੁੱਕੀ ਹੈ ਤੇ ਮੀਂਹ ਵੀ ਪੈ ਚੁੱਕਿਆ ਤਾਂ ਇਹ ਵੱਡਾ ਨੁਕਸਾਨ ਹੈ ਸੋ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਵੀ ਹੁਣ ਕਿਹਾ ਜਾ ਰਿਹਾ ਕਿਸਾਨਾਂ ਦੇ ਵੱਲੋਂ ਕਿ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਹਰੇਕ ਦਾ ਸਰਕਲ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਜੇਕਰ ਆਰਤੀ ਦੇ ਨੇਤਾ ਆਰਤੀਆਂ ਦੇ ਕੁਲ ਕਿਸਾਨਾਂ ਨੇ ਫਸਲ ਲੈ ਕੇ ਜਾਣੀ ਹੈ ਔਰ ਜੇ ਕਿਸਾਨ ਹੈ ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਹੈ 6-6 ਮਹੀਨੇ ਸਾਲ-ਸਾਲ ਫਸਲ ਨੂੰ ਪੁੱਤਾਂ ਵਾਂਗੂ ਪਾਲਣਾ ਪੈਂਦਾ ਹੈ ਪਰ ਪਹਿਲੀ ਗੱਲ ਤਾਂ ਹੁਣ ਇਹ ਹੈ ਕਿ ਕਿਸਾਨ ਵੀਰਾਂ ਨੂੰ ਵੱਡੀ ਮਾਰ ਝੱਲਣੀ ਪਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਮੌਸਮ ਨੇ ਆਪਣੇ ਰੰਗਾਂ ਦੇ ਵਿੱਚ ਤਬਦੀਲੀ ਦਿਖਾਈ ਆ ਭਾਰੀ ਮੀਂਹ ਦੀ ਸ਼ੁਰੂਆਤ ਹੋਈ ਆ ਗੜੇਮਾਰੀ ਹੋਈ ਆ ਸੋ ਉਸ ਦੇ ਨਾਲ ਤਾਂ ਕਈ ਕਿਸਾਨ ਵੀਰਾਂ ਦਾ ਝੋਨਾ ਜਿਹੜਾ ਉਹ ਡਿੱਗ ਚੁੱਕਿਆ ਤਾਂ ਕਈਆਂ ਕਿਸਾਨ ਵੀਰਾਂ ਨੇ ਆਪਣੀ ਫਸਲ ਵੜਾਈ ਹੋਈ ਸੀ ਉਹ ਮੰਡੀਆਂ ਦੇ ਵਿੱਚ ਛੁੱਟੀ ਹੀ ਉਹਦੇ ਉੱਪਰ ਵੀ ਮੀਂਹ ਪੈ ਗਿਆ ਤਾਂ ਉਸ ਨੂੰ ਵੀ ਹੁਣ ਸਮਾਂ ਜਿਹੜਾ ਉਹ ਕਾਫੀ ਲੱਗੇਗਾ ਕਿਉਂਕਿ ਜਿੰਨਾ ਤੱਕ ਉਹਦਾ ਮੋਇਸਚਰ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਤੁਹਾਡੀ ਫਸਲ ਜਿਹੜੀ ਆ ਉਹ ਵਿਕ ਨਹੀਂ ਸਕਦੀ ਤਾਂ ਇਹ ਹੁਣ ਕਾਫੀ ਘਾਟਾ ਪੈ ਚੁੱਕਾ ਹੈ ਤਾਂ ਇਸ ਦੇ ਵਿੱਚ ਹੁਣ ਸ਼ਾਇਦ ਮਾਲਕਾਂ ਨੇ ਵੀ ਹੜਤਾਲ ਕਰ ਦਿੱਤੀ ਹੈ